ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਵਾਲਮੀਕ ਭਾਈਚਾਰੇ ਵੱਲੋਂ ਪੱਟੀ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ। ਇੱਕ ਨਿੱਜੀ ਚੈਨਲ ਤੇ ਦਿਖਾਏ ਜਾ ਰਹੇ ਸੀਰੀਅਲ ਸੀਆ ਰਾਮ ਕੇ ਲਵ ਕੁਸ਼ 'ਚ ਭਗਵਾਨ ਵਾਲਮੀਕ ਜੀ ਦੇ ਪੁਰਾਤਨ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਰੋਸ ਵਜੋਂ ਵਾਲਮੀਕ ਸਮਾਜ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਪੱਟੀ ਵਿਖੇ ਦੇਖਣ ਨੂੰ ਮਿਲਿਆ। ਭਾਈਚਾਰੇ ਦੇ ਲੋਕਾਂ ਵੱਲੋਂ ਪੱਟੀ ਵਿਖੇ ਦੁਕਾਨਾਂ ਬੰਦ ਕਰਵਾ ਕੇ ਸੀਰੀਅਲ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਤਰਨ ਤਾਰਨ ਤੋਂ ਖੇਮਕਨ ਸੜਕ ਨੂੰ ਵੀ ਬੰਦ ਕਰ ਦਿੱਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਤੇਜ਼ ਧਾਰ ਹਥਿਆਰ, ਦਾਤਰ, ਕਿਰਮਾਨਾ, ਡਾਂਗਾ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਆਮ ਲਹਿਰਾਉਂਦੇ ਦਿਖਾਈ ਦਿੱਤੇ, ਪਰੰਤੂ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਇਹ ਸਭ ਤਮਾਸ਼ਾ ਵੇਖਦਾ ਰਿਹਾ। ਅਤੇ ਇਸ ਉਪਰੰਤ ਵਾਲਮੀਕ ਭਾਈਚਾਰੇ ਵੱਲੋਂ ਆਪਣਾ ਮੰਗ ਪੱਤਰ DSP ਪੱਟੀ ਨੂੰ ਸੌਂਪ ਕੇ ਪ੍ਰਦਰਸ਼ਨ ਨੂੰ ਸਮਾਪਤ ਕੀਤਾ ਗਿਆ। ਜੋ ਬੋਲੇ ਸੋ ਨਿਰਭੈ ਸ੍ਰਿਸ਼ਟੀਕਰਤਾ ਵਾਲਮੀਕੀ ਦਿਆਵਾਨ ਕੀ ਜੈ। ਹਾਂਜੀ, ਮੈਂ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦਾ ਪ੍ਰਧਾਨ ਸ਼ਕਤੀ ਸੰਧੂ, ਜੋ ਕਿ ਅੱਜ ਪੰਜਾਬ ਬੰਦ ਔਰ ਭਾਰਤ ਬੰਦ ਭਗਵਾਨ ਵਾਲਮੀਕੀ ਆਸ਼ਰਮ ਤੋਂ ਕੌਲ ਆਈ ਸੀ। ਇਸ ਕਰਕੇ ਜੋ ਸੀਰੀਅਲ ਵਿੱਚ ਦਿਖਾਇਆ ਗਿਆ ਸੀਆ ਰਾਮ ਲਵ ਕੁਸ਼ ਦੇ ਸੀਰੀਅਲ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਛਵੀ ਨੂੰ ਤੋੜ ਮਰੋੜ ਕੇ ਦਿਖਾਇਆ ਜਾ ਰਿਹਾ ਆ। ਇਸ ਕਰਕੇ ਸਾਰਾ ਸਮਾਜ, ਵਾਲਮੀਕੀ ਸਮਾਜ, ਗੁਰੂ ਰਵਿਦਾਸ ਭਾਈਚਾਰਾ, ਇਸ 'ਤੇ ਜੋ ਕਲਰ ਚੈਨਲ 'ਤੇ ਡਰਾਮਾ ਚੱਲ ਰਿਹਾ ਆ, ਅਸੀਂ ਅਪੀਲ ਕਰਦੇ ਹਾਂ ਕਿ ਇਹ ਡਰਾਮਾ ਬੰਦ ਹੋਵੇ, ਜੋ ਕਿ ਭਗਵਾਨ ਵਾਲਮੀਕੀ ਮਹਾਰਾਜ ਦੀ ਛਵੀ ਨੂੰ ਖਰਾਬ ਕੀਤਾ ਜਾ ਰਿਹਾ ਹੈ। ਔਰ ਬਾਬਾ ਸਾਹਿਬ ਜੀ ਦੀ ਅਸੀਂ ਸੋਚ 'ਤੇ ਚੱਲ ਰਹੇ ਹਾਂ। ਬਾਬਾ ਸਾਹਿਬ ਜੀ ਨੇ ਕਿਹਾ ਸੀ, ਪੜ੍ਹੋ, ਜੁੜੋ ਔਰ ਸੰਘਰਸ਼ ਕਰੋ, ਔਰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ। ਜੇ ਆਪਾਂ ਨਸ਼ਿਆਂ ਤੋਂ ਦੂਰ ਰਹਾਂਗੇ ਤਾਂ ਬੱਚੇ ਵੀ ਦੂਰ ਰਹਿਣਗੇ। ਬਾਕੀ ਬਾਬਾ ਸਾਹਿਬ ਨੇ ਕਿਹਾ ਸੀ, ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਉਸ ਪਾਰਲੀਮੈਂਟ ਵੱਲ ਲੈ ਕੇ ਜਾਓ ਜੋ ਕਿ ਆਪਣੇ ਸਮਾਜ ਦਾ ਔਰ ਆਪਣੇ ਹਿੱਤ ਦਾ ਨਾਂ ਉੱਚਾ ਹੋਵੇ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਹਾਂ। ਜੈ ਵਾਲਮੀਕੀ ਜੀ, ਜੈ ਭੀਮ। ਹਾਂਜੀ, ਕੀ ਨਾਮ ਭਾਈ ਆਪਣਾ? ਮੇਰਾ ਨਾਮ ਬਲਵੰਤ ਰਾਏ, ਰੇਗਲ ਸਮਾਜ ਤੋਂ ਮੈਂ ਪ੍ਰਧਾਨ ਹਾਂ ਅਤੇ ਰਵਿਦਾਸ ਸਮਾਜ ਦੇ ਨਾਲ ਸਾਡਾ ਸਾਰਾ ਇੱਕ ਪਰਿਵਾਰ ਸਾਡਾ, ਅਤੇ ਨਾਲੇ ਵਾਲਮੀਕ ਸਮਾਜ ਦੇ ਸਾਡੇ ਜੋ ਵੀ ਆ, ਸਾਡੇ ਨਾਲ ਧੱਕਾ ਹੋ ਰਿਹਾ ਵਾ ਚੈਨਲਾਂ 'ਤੇ, ਗਲਤ ਪ੍ਰਚਾਰ ਜੋ ਕਰ ਰਹੇ ਆ ਇਹ ਮਨੁਵਾਦੀ ਸਰਕਾਰਾਂ। ਇਹਦੇ ਦਿਲ ਸਾਡੇ ਦਿਲਾਂ ਵਿੱਚ ਰੋਸ ਆ ਕਿ ਕਲਰ ਚੈਨਲ 'ਤੇ ਜੋ ਇੱਕ ਧਾਰਾਵਿਕ ਚਲਾਇਆ ਗਿਆ ਲਵ ਕੁਸ਼ ਸੀਆ ਰਾਮ ਕੇ ਵਿੱਚ, ਇੱਦਾਂ ਦਾ ਗੰਦਾ ਜਿਹਾ ਨਾਟਕ ਬਣਾਇਆ ਉਹਨਾਂ ਨੇ, ਜਿਹਦੇ ਵਿੱਚ ਸੱਚਾਈ ਦੀ ਇਹਨਾਂ ਨੇ ਇੱਕ ਨੰਬਰ ਦੀ ਵੀ ਲਿਖੀ। ਪਤਾ ਨਹੀਂ ਕਿੱਥੋਂ ਇਹਨਾਂ ਨੇ ਤੋੜ ਮਰੋੜ ਕੇ ਸਾਡੇ ਭਗਵਾਨ ਇੱਕ ਭਗਵਾਨ ਦਿਆਵਾਨ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਛਵੀ ਨੂੰ ਗਲਤ ਦਰਸਾਇਆ ਗਿਆ ਵਾ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕੁਛ ਬਣਾਓ ਨਾ ਬਣਾਓ, ਪਰ ਸੱਚਾਈ ਦਿਖਾਓ, ਸਾਡਾ ਇਤਿਹਾਸ ਮਿਟਾਉਣ ਦੀ ਕੋਸ਼ਿਸ਼ ਨਾ ਕਰੋ। ਜੇ ਸਾਡੀ ਕੌਮ ਜਾਗੀ ਤਾਂ ਅਸੀਂ ਲੋਕਾਂ ਦਾ ਵੀ ਇਤਿਹਾਸ ਮਿਟਾਉਣਾ ਜਾਣਦੇ ਹਾਂ। ਸਾਨੂੰ ਕਦੇ ਗੁਰੂ ਰਵਿਦਾਸ ਦਾ ਮੰਦਿਰ ਢਾਹ ਦਿੰਦੇ ਆ ਦਿੱਲੀ ਦੇ ਵਿੱਚ, ਕਦੇ ਲੁਧਿਆਣੇ ਦੇ ਵਿੱਚ ਸਾਡੇ ਗੁਰੂਆਂ ਦਾ ਮੰਦਿਰ ਢਾਏ ਜਾ ਰਹੇ ਆ, ਲੁਧਿਆਣੇ ਜਲੰਧਰ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਇੱਕ ਗੁਰਦੁਆਰੇ ਦੇ ਇਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ।
ਸਾਡੇ ਗੁਰੂ ਧਾਮਾਂ ਦੇ ਨਾਲ ਇਹ ਕਰਨ ਦੇ ਛੇੜਖਾਨੀਆਂ, ਫਿਰ ਸਾਡੇ ਦਿਲਾਂ ਵਿੱਚ ਰੋਸ਼ ਆ ਵਾਲਮੀਕ ਭਾਈਚਾਰਾ, ਗੁਰੂ ਰਵਿਦਾਸ ਭਾਈਚਾਰਾ, ਨਗਰ ਸਮਾਜ ਅਤੇ ਹੋਰ ਪਿੰਡਾਂ 'ਚ ਜਿਹੜੀ ਜਥੇਬੰਦੀਆਂ ਆਈਆਂ ਵਾ, ਇਹ ਸਾਰੇ ਇਕੱਠੇ ਹੋ ਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅੱਜ। ਅਤੇ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ, ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਾਡੇ ਦਿਲਾਂ ਦੇ ਠੇਸ ਨਾ ਪਹੁੰਚਾਵੇ ਅਤੇ ਗਲਤ ਪ੍ਰਚਾਰ ਨਾ ਕਰੇ ਮਨੁਵਾਦੀ ਸਰਕਾਰਾਂ। ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜਦੋਂ ਉਹਦੇ 'ਤੇ ਪਰਚਾ ਹੋ ਚੁੱਕਿਆ ਚੈਨਲ 'ਤੇ, ਅਤੇ ਕਿਉਂ ਗਲਤ ਪ੍ਰਚਾਰ ਫਿਰ ਬੰਦ ਕਿਉਂ ਨਹੀਂ ਕਰ ਰਹੇ ਚੈਨਲ ਨੂੰ? ਹਾਂ, ਇਸੇ ਕਰਕੇ ਅਸੀਂ ਅੱਜ ਸਾਰੇ ਸਮਾਜ ਇਕੱਠੇ ਹੋਏ ਹਾਂ ਸ਼ਹਿਰ ਦੇ ਵਿੱਚ, ਅਤੇ ਸ਼ਹਿਰ ਵਾਸੀਆਂ ਨੇ ਸਾਡਾ ਬੜਾ ਵਧੀਆ ਸਹਿਯੋਗ ਦਿੱਤਾ ਵਾ। ਅਤੇ ਪਹਿਲਾਂ ਵੀ ਜਦੋਂ ਗੁਰੂ ਰਵਿਦਾਸ ਸਮਾਜ ਦਾ ਦਿੱਲੀ 'ਚ ਬੰਦ ਤੁਕਲਾਬਾਈ ਮੰਦਰ ਢਾਇਆ ਸੀ, ਉਹਦੇ ਵਿੱਚ ਸ਼ਹਿਰ ਵਾਸੀਆਂ ਨੇ ਸਾਡੇ ਸਹਿਯੋਗ ਦਿੱਤਾ ਵਾ। ਅਸੀਂ ਇਹੀ ਚਾਹੁੰਦੇ ਹਾਂ ਕਿ ਸ਼ਹਿਰ ਦੇ ਵਿੱਚ ਭਾਈਚਾਰਾ ਬਣਿਆ ਰਹੇ ਅਤੇ ਸਰਕਾਰਾਂ ਗਲਤ ਕੰਮ ਨਾ ਕਰੇ ਕਿ ਇਹ ਪੜੋ ਆ ਅਤੇ ਪੜੋ ਪੜੋ ਅਤੇ ਰਾਜ ਕਰੋ ਦੀ ਨੀਤੀ ਛੱਡੇ ਅਤੇ ਸਾਰਿਆਂ ਦੀ ਸਾਂਝ ਬਣਾਈ ਰੱਖੇ। ਕਿਉਂ ਅਸੀਂ ਉਹਨੇ ਕਿ ਸ਼ਹਿਰ ਦੇ ਵਿੱਚ ਭਾਈਚਾਰੇ ਹੈਗੇ ਆ ਜਿਹੜੇ ਰਲ ਮਿਲ ਕੇ ਸਾਰੇ ਕਾਰੋਬਾਰ ਕਰਦੇ ਹਾਂ, ਅਤੇ ਸਾਨੂੰ ਪੱਕਾ ਹੀ ਬੰਦ ਕੀਤਾ ਜਾਵੇ, ਅਸੀਂ ਮੰਗ ਕਰਦੇ ਹਾਂ, ਅਤੇ ਸਿਰੇ ਨੂੰ ਢਾਇਆ ਜਾਵੇ। ਅਤੇ ਬਹੁਤ ਜੈ ਭਗਵਾਨ ਵਾਲਮੀਕ ਮਹਾਰਾਜ, ਜੈ ਗੁਰੂ ਰਵਿਦਾਸ। ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਮੈਂ ਲੱਕੀ ਸੰਧੂ, ਭਾਰਤੀ ਵਾਲਮੀਕ ਧਰਮ ਸਮਾਜ ਭਾਵਾ ਦੱਸ। ਅੱਜ ਜੋ ਆਪਣਾ ਇਹ ਰੋਸ, ਜੋ ਪੂਰੇ ਸਮਾਜ ਵੱਲੋਂ ਰੋਸ ਪ੍ਰਦਰਸ਼ਨ ਹੋ ਰਿਹਾ, ਇਹ ਜੀ ਜੋ ਸਾਡੇ ਸਮਾਜ ਪ੍ਰਤੀ ਜੋ ਵਾਲਮੀਕ ਮਹਾਰਾਜ ਉਹ ਜਿਹੜਾ ਸੀਰੀਅਲ ਕਲਰ ਚੈਨਲ 'ਤੇ ਚੱਲਦਾ ਪਿਆ ਲਵ ਕੁਛ, ਰਾਮ ਸੀਆ ਕੇ ਲਵ ਕੁਛ, ਉਹਦੇ ਵਿੱਚ ਪਰਮਾਤਮਾ ਵਾਲਮੀਕਿ ਜੀ ਦੀ ਛਵੀ ਨੂੰ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਆ। ਅਤੇ ਅਸੀਂ ਪਹਿਲਾਂ ਵੀ ਦਰਖਾਸ਼ਤਾਂ ਮੰਗ ਪੱਤਰ ਦਿੱਤੇ ਸੀ ਕਿ ਕਲਰ ਜਿਹੜਾ ਚੈਨਲ ਆ ਉਹ ਬੰਦ ਕੀਤਾ ਜਾਵੇ, ਇਸ ਨਾਲ ਜਿਹੜੇ ਸਮਾਜ ਦੇ ਪੂਰੇ ਸਮਾਜ ਨੂੰ ਠੇਸ ਲੱਗੀ ਆ, ਬਹੁਤ ਠੇਸ ਪੁੱਜੀ ਆ। ਅਤੇ ਅਸੀਂ ਮੰਗ ਕਰਦੇ ਹਾਂ ਕਿ ਜੇ ਇਹ ਕਲਰ ਚੈਨਲ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ, ਜੇ ਬੰਦ ਨਹੀਂ ਕਰਨਾ ਫਿਰ ਉਹ ਸਾਡੇ ਸੰਤ ਸਮਾਜ ਨਾਲ ਗੱਲ ਕਰਕੇ ਜਿਹੜਾ ਉਹਦਾ ਸਹੀ ਪ੍ਰਚਾਰ ਆ, ਸਹੀ ਪ੍ਰਚਾਰ ਜਿਹੜਾ ਉਹਦੀ ਬਾਣੀ ਆ ਉਹਦੇ ਹਿਸਾਬ ਨਾਲ ਉਹ ਕਲਰ ਚੈਨਲ ਜਿਹੜਾ ਵਿਖਾਇਆ ਜਾਵੇ, ਨਹੀਂ ਤਾਂ ਚੈਨਲ ਬੰਦ ਕੀਤਾ ਜਾਵੇ। ਜੇ ਅਗਰ ਜੇ ਚੈਨਲ ਬੰਦ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰਾ ਇੰਡੀਆ ਭਾਰਤ ਲੈਵਲ 'ਤੇ ਅਸੀਂ ਇਹ ਜਿਹੜਾ ਬੰਦ ਹੈ ਸਰ, ਜਿਹੜਾ ਅਕਾਲ ਬੰਦ ਨੂੰ ਲੈ ਕੇ ਵਾਲਮੀਕ ਸਮਾਜ ਵੱਲੋਂ ਜਿਹੜਾ ਧਰਨਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿੰਨੀ ਜਿਹੜੀ ਸੁਰੱਖਿਆ ਦਾ ਜਿਹੜੇ ਪ੍ਰਬੰਧ ਕੀਤੇ ਗਏ? ਮਾਨਯੋਗ SLP ਸਾਹਿਬ ਤਰਨ ਤਾਰਨ ਦੀ ਹਦਾਇਤਾਂ ਅਨੁਸਾਰ ਪ੍ਰਬੰਧ ਕੀਤੇ ਗਏ ਨੇ। ਤਰਨ ਤਾਰਨ ਸਿਟੀ ਪੱਟੀ ਸ਼ਹਿਰ ਦੇ ਵਿੱਚ ਚੌਂਕਾਂ 'ਚ ਵੀ ਨਾਕੇਬੰਦੀ ਕੀਤੀ ਗਈ ਆ, ਅਤੇ ਸ਼ਹਿਰ ਬੰਦ ਹੋਣ ਕਰਕੇ ਜਿਹੜੇ ਪਾਰਟੀ ਦੀ ਸਮਾਜ ਦੇ ਵਿਅਕਤੀ ਹਨ ਇਹ ਸ਼ਾਂਤਮਈ ਦੇ ਨਾਲ ਆਪਣਾ ਰੋਸ ਕੱਢ ਰਹੇ ਨੇ। ਫੋਰਸ ਇਹਨਾਂ ਦੇ ਨਾਲ ਲੱਗੀ ਆ, ਇਹਨਾਂ ਦਾ ਕੋਈ ਵੀ ਸਾਵੀ ਘਟਨਾ ਨਹੀਂ ਹੋਈ ਸਰ। ਇੱਕ ਵੇਖਣ 'ਚ ਹੋਏ ਇੱਕ ਵੇਖਣ 'ਚ ਆ ਰਿਹਾ ਕਿ ਤੇਜ਼ ਧਾਰ ਹਥਿਆਰਾਂ ਨਾਲ ਲੈਸ ਹੋ ਕੇ, ਡਾਂਗਾਂ ਸੋਟੇ ਜਿਹੜੇ ਲੈਸ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਦੁਕਾਨ ਤੇ ਹਮਲਾ ਕੀਤਾ ਗਿਆ, ਦੁਕਾਨ ਦੀ ਭੰਨ ਤੋੜ ਕੀਤੀ ਗਈ, ਡੇਅਰੀ ਦੀ ਨਹੀਂ, ਮੇਰੇ ਸਾਹਮਣੇ ਕੋਈ ਨਹੀਂ, ਦੁਕਾਨ ਖੁੱਲੀ ਸੀ, ਸ਼ਾਂਤਮਈ ਨਾਲ ਬੰਦ ਕਰਕੇ ਉਹ ਕਹਿੰਦਾ ਵੀ ਮੈਂ ਵੀ ਤੁਹਾਡੇ ਨਾਲ ਆ, ਉਹ ਵੀ ਨਾਲ ਹੀ ਤੁਰ ਗਿਆ। ਪਿਛਲੇ ਕੁਛ ਦਿਨਾਂ ਤੋਂ ਕਲਰ ਚੈਨਲ 'ਤੇ ਇੱਕ ਸੀਰੀਅਲ ਸੀਆਰਾਮ ਕੇ ਲਵ ਕੁਛ ਜਾਰੀ ਕੀਤਾ ਗਿਆ ਸੀ, ਉਹਦੇ ਵਿੱਚ ਵਾਲਮੀਕ ਭਾਈਚਾਰੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਕੁਛ ਗੱਲਾਂ ਜਿਹੜੀਆਂ ਤੋਰ ਮੋੜ ਉੱਤੇ ਪੇਸ਼ ਕੀਤੀਆਂ, ਜਿਸ ਸੰਬੰਧ ਵਿੱਚ ਅੱਜ ਸ਼ਾਂਤਮਈ ਇਹਨਾਂ ਨੇ ਰੋਸ ਮਾਰਚ ਕੱਢਿਆ, ਇਹ ਸ਼ਹਿਰ ਵਾਸੀਆਂ ਨੇ ਵੀ ਸ਼ੌਪਸ ਬੰਦ ਰੱਖੀਆਂ। ਇਹਨਾਂ ਨੇ ਮੈਨੂੰ ਮੈਮੋਰੈਂਡਮ ਅੱਜ ਦਿੱਤਾ ਹੈ, ਜੋ ਮੈਂ ਸੀਨੀਅਰ ਅਫਸਰ ਆਪਣੇ ਡਿਪਟੀ ਕਮਿਸ਼ਨਰ ਸਾਹਿਬ 'ਤੇ ਕੀ ਸਾਰੇ ਇਹਨਾਂ ਦੀਆਂ ਮੰਗਾਂ ਨੇ? ਮੰਗਾਂ ਇਹੀ ਆ ਵੀ ਜਿਹੜਾ ਵਾਲਮੀਕ
ਚੈਨਲ ਬੰਦ ਕੀਤਾ ਜਾਵੇ ਔਰ ਚੈਨਲ ਵੱਲੋਂ ਜਿਹੜਾ ਸੀਰੀਅਲ ਸਟਾਰਟ ਕੀਤਾ ਗਿਆ ਉਹ 'ਚ ਪ੍ਰੋਪਰਲੀ ਜੇ ਦਿਖਾਉਣਾ ਵੀ ਹੈ ਤਾਂ ਪ੍ਰੋਪਰਲੀ ਦਿਖਾਇਆ ਜਾਵੇ, ਇਤਿਹਾਸ ਜਿਹੜਾ ਪ੍ਰੋਪਰ ਹੈ ਉਹ ਦਿਖਾਇਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।